ਪੰਜਾਬ ਭਰ ਵਿੱਚ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਣ ਕਰਕੇ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੀ ਸਿਵਲ ਰਿਟ ਪਟੀਸ਼ਨ ਦਾ ਖੁਦ ਨੋਟਿਸ ਲੈਂਦਿਆਂ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਦੇ ਪੇਸ਼ ਹੋਏ ਵਕੀਲ ਨੂੰ 6 ਹਫ਼ਤਿਆਂ ਵਿੱਚ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੀ ਗਿਣਤੀ ਦੱਸਣ ਲਈ ਕਿਹਾ ਹੈ। ਹਾਈਕੋਰਟ ਨੇ ਆਵਾਰਾ ਪਸ਼ੂਆਂ ਦੇ ਗਊਸ਼ਾਲਾ ਵਿੱਚ ਰੱਖਣ ਦੇ ਕੀ ਪ੍ਰਬੰਧ ਕੀਤੇ ਹਨ? ਇਸ ਬਾਬਤ ਜ਼ਿਆਦਾ ਜਾਣਕਾਰੀ ਲਈ ਸਮਾਜ ਸੇਵਕ ਰੋਹਿਤ ਸੱਬਰਵਾਲ ਨਾਲ ਸਾਡੇ ਸਹਿਯੋਗੀ ਤਰਸੇਮ ਭਾਰਦਵਾਜ ਨੇ ਗੱਲਬਾਤ ਕੀਤੀ। ਪੰਜਾਬ ਭਰ ਵਿੱਚ ਸੜਕਾਂ 'ਤੇ ਘੁੰਮ ਰਹੇ ਆਵਾਰਾ ਪਸ਼ੂ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਸਨ, ਜਿਸ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇੱਕ ਨੋਟਿਸ ਲੈਂਦੇ ਹੋਏ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਆਦੇਸ਼ ਜਾਰੀ ਕੀਤੇ ਨੇ, ਜਿਹਦੇ ਵਿੱਚ ਇਹਨਾਂ ਪਸ਼ੂਆਂ ਦੀ ਗਿਣਤੀ ਕਰਕੇ ਜਿਹੜਾ ਕੋਰਟ ਨੂੰ ਦੱਸਣ ਬਾਰੇ ਜਾਂ ਜਿੰਨੇ ਪਸ਼ੂਆਂ ਦੀ ਰੱਖ ਰਖਾਵ ਕੀਤਾ ਗਿਆ ਗਊਸ਼ਾਲਾ ਵਿੱਚ ਉਹਦੇ ਬਾਰੇ ਕਿਹਾ ਗਿਆ। ਇਸ ਦੇ ਵਿੱਚ ਲੁਧਿਆਣਾ ਤੋਂ ਸਮਾਜ ਸੇਵੀ ਰੋਹਿਤ ਸੱਬਰਵਾਲ ਵੱਲੋਂ ਵੀ ਇੱਕ ਜਿਹੜੀ ਹੈਗੀ ਆ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ, ਉਹਦੇ 'ਤੇ ਉਹਨਾਂ ਨੇ ਕੁਛ ਪ੍ਰੇ ਕੀਤੀ ਸੀ। ਗੱਲ ਕਰਾਂਗੇ ਉਹਨਾਂ ਨਾਲ ਕੀ ਸੀ ਸਰ? ਇਸ ਮੈਟਰ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇੱਕ ਸੂਓ ਮੋਟੋ ਕੋਗਨੀਜੈਂਸ ਲਿੱਤਾ ਗਿਆ ਸੀ, ਜਿਹਦੇ ਵਿੱਚ ਸੜਕਾਂ 'ਤੇ ਘੁੰਮ ਰਹੇ ਜਿਹੜੇ ਆਵਾਰਾ ਪਸ਼ੂ ਜਿਨ੍ਹਾਂ ਦੇ ਨਾਲ ਐਕਸੀਡੈਂਟਸ ਹੁੰਦੇ ਨੇ ਔਰ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਜਾਂ ਜਾਨੀ ਮਾਨੀ ਨੁਕਸਾਨ ਹੁੰਦਾ, ਉਸ ਕੋ ਜਿਹੜਾ ਕੇਸ ਹਾਈਕੋਰਟ ਦੇ ਵਿੱਚ ਚੱਲ ਰਿਹਾ ਸੀ। ਅਤੇ ਲੇਟਰ ਔਨ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਦਾਂ ਦਾ ਇੱਕ ਕੇਸ ਹੈਗਾ ਤਾਂ ਅਸੀਂ ਉਹਦੇ ਵਿੱਚ ਰਿਕੁਐਸਟ ਕੀਤੀ ਇੱਕ ਐਪਲੀਕੇਸ਼ਨ ਪਾ ਕੇ ਅਸੀਂ ਵੀ ਪਾਰਟੀ ਬਣੇ ਔਰ ਅਸੀਂ ਮਾਣਯੋਗ ਅਦਾਲਤ ਮੂਹਰੇ ਕੁਛ ਫੈਕਟਸ ਰੱਖੇ ਕਿ ਜਿਹੜਾ ਕਾਓਸੈਸ ਹੈ ਇਕੱਠਾ ਹੋ ਰਿਹਾ, ਇਹ ਕਾਓਸੈਸ ਜਿਹੜਾ ਪਰਟੀਕੁਲਰ ਇਸੇ ਗਾਵਾਂ ਦੇ ਜਾਂ ਸਟੇ ਕੈਟਲਸ ਹੈਗਾ ਇਹਨਾਂ ਦੇ ਰੱਖ ਰਖਾਅ ਵਾਸਤੇ ਯੂਜ਼ ਹੋਵੇ, ਸਰਕਾਰ ਇਹਨੂੰ ਇੱਕ ਹੈੱਡ 'ਚ ਲੈ ਕੇ ਦੂਜੇ ਹੈੱਡ ਦੇ ਵਿੱਚ ਕਿਤੇ ਖਰਚ ਨਾ ਕਰ ਦੇਵੇ, ਜਾਂ ਜਿੰਨੇ ਵੀ ਸਟੇਟ ਹਾਈਵੇਜ਼ ਨੇ ਨੈਸ਼ਨਲ ਹਾਈਵੇਜ਼ ਨੇ ਪਿੰਡਾਂ ਦੀਆਂ ਸੜਕਾਂ ਸ਼ਹਿਰਾਂ ਦੀਆਂ ਸੜਕਾਂ ਨੇ, ਇਹ ਜਿਹੜੇ ਆਵਾਰਾ ਪਸ਼ੂ ਹੈ ਇਹ ਉਹਨਾਂ ਸੜਕਾਂ ਦੇ ਉੱਤੇ ਨਹੀਂ ਆਉਣੇ ਚਾਹੀਦੇ, ਇਹਨਾਂ ਨੂੰ ਜਿਹੜਾ ਕੈਟਲ ਪਾਊਂਡ ਜਾਂ ਗਊਸ਼ਾਲਾ ਦੇ ਵਿੱਚ ਇਹਨਾਂ ਦਾ ਰੱਖ ਰਖਾਵ ਹੋਣਾ ਚਾਹੀਦਾ ਆ। ਤੀਸਰਾ, ਇਹਨਾਂ ਨੂੰ ਕਿਸੇ ਵੇਲੇ ਕੋਈ ਜਿੱਦਾਂ ਇਹ ਦੇਖਦੇ ਹਾਂ ਵੀ ਗਾਵਾਂ ਮੱਝਾਂ ਗਾਵਾਂ ਜਾਂ ਜਿਹੜੇ ਬਲਦ ਨੇ ਇਹ ਗੰਦ ਖਾਂਦੇ ਰਹਿੰਦੇ ਨੇ, ਜਿਹਦੇ ਕਰਕੇ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ, ਜਿਹਦੇ 'ਚੋਂ ਕਈ ਬਿਮਾਰੀਆਂ ਲਾਇਲਾਜ ਹੁੰਦੀਆਂ ਨੇ ਔਰ ਕਈ ਬਿਮਾਰੀਆਂ ਜਿਹੜੀਆਂ ਇਨਸਾਨਾਂ ਦੇ ਵਿੱਚ ਵੀ ਇਹ ਟ੍ਰਾਂਸਫਰ ਹੋ ਜਾਂਦੀਆਂ ਨੇ। ਅਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਸਾਡੇ ਵੱਲੋਂ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ, ਤਾਂ ਰੀਸੈਂਟਲੀ ਇਸ ਕੇਸ ਦੀ 28 ਤਰੀਕ ਨੂੰ ਹੀਅਰਿੰਗ ਸੀਗੀ 28 ਮਈ ਨੂੰ, ਤਾਂ ਉਹਦੇ ਵਿੱਚ ਹੁਣ ਮਾਣਯੋਗ ਅਦਾਲਤ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਆ ਪੰਜਾਬ ਸਰਕਾਰ ਦੇ ਐਡਵੋਕੇਟ ਨੂੰ ਇੱਕ ਐਫੀਡੈਵਿਟ ਫਾਈਲ ਕਰਨ ਦੇ ਲਈ ਕਿਹਾ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਣਾ ਕਿ ਪੰਜਾਬ ਭਰ ਦੇ ਵਿੱਚ ਸੜਕਾਂ ਦੇ ਉੱਤੇ ਕਿੰਨੇ ਸਟ੍ਰੇ ਕੈਟਲਸ ਨੇ ਆਵਾਰਾ ਪਸ਼ੂ ਨੇ ਜਿਹੜੇ ਘੁੰਮ ਰਹੇ ਨੇ ਉਹਨਾਂ ਦੀ ਗਿਣਤੀ ਦੱਸਣੀ ਆ, ਔਰ ਕਿੰਨੇ ਪਸ਼ੂ ਇਹਨਾਂ ਨੇ ਜਿਹੜੇ ਹੈਗੇ ਆ ਸੈਟਲ ਕੀਤੇ ਨੇ ਜਿਹੜੇ ਗਊਸ਼ਾਲਾ ਦੇ ਵਿੱਚ ਜਾਂ ਕੈਟਲ ਪਾਊਂਡਸ ਦੇ ਵਿੱਚ ਸੈਟਲ ਕੀਤੇ ਨੇ ਕਿੰਨੇ ਪਸ਼ੂ ਜਿਹੜੇ ਨੇ। ਤਾਂ ਇਸ ਮਾਮਲੇ ਦੀ ਸੁਣਵਾਈ ਹੁਣ ਸਪਤੰਬਰ ਮੰਥ ਦੇ ਵਿੱਚ ਹੈਗੀ ਆ, ਅਤੇ ਇਹਦੇ ਵਿੱਚ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਕਿਵੇਂ ਕੋਈ ਵੀ ਬੰਦਾ ਲੋਕ ਨੇ ਜਾਂ ਪਬਲਿਕ ਕਿਵੇਂ ਕਹਿ ਆਪਣੇ ਸੰਬੰਧਿਤ ਵਿਭਾਗ ਨੂੰ ਦੱਸ ਸਕਦੀ ਹੈ ਕੀ ਹੈਗਾ ਵੀ ਸਾਡੇ ਏਰੀਏ ਦੇ ਵਿੱਚ ਇੰਨੇ ਆਵਾਰਾ ਪਸ਼ੂ, ਉਹਦੇ ਬਾਰੇ ਵੀ ਕੁਛ? ਦੇਖੋ, ਇਹਦੇ ਵਿੱਚ ਇੱਕ ਚੀਜ਼ ਲੋਕਾਂ ਨੂੰ ਹੁਣ ਥੋੜ੍ਹਾ ਜਿਹਾ ਇਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਆਪਣੇ ਆਪਣੇ ਏਰੀਏ ਦੇ ਵਿੱਚ, ਜੇ ਮੰਨ ਲਓ ਕਿਸੇ ਦੇ ਕੋਈ ਆਵਾਰਾ ਪਸ਼ੂ ਘੁੰਮ ਰਹੇ ਨੇ ਤਾਂ ਜੇ ਕੋਈ ਨਗਰ ਪੰਚਾਇਤ ਹੈ, ਨਗਰ ਪੰਚਾਇਤ ਵਾਲੇ ਆਪਣੇ ਕਾਰਪੋਰੇਸ਼ਨ ਵਾਲੇ ਆਪਣੇ ਔਫਿਸਰਸ ਨੂੰ, ਨਗਰ ਪੰਚਾਇਤ ਵਾਲੇ ਜਾਂ ਕੌਂਸਲਾਂ ਵਾਲੇ ਆਪਣੇ ਔਫਿਸਰਸ ਨੂੰ ਇੰਟੀਮੇਟ ਕਰਨ, ਉਹ ਅੱਗੇ ਆਪਣੀ ਚੰਡੀਗੜ੍ਹ ਜਿਹੜੀਆਂ ਬੈਠੀਆਂ ਅਥਾਰਟੀਜ਼ ਨੂੰ ਉਹਨਾਂ ਨੂੰ ਇੰਟੀਮੇਟ ਕਰਨ, ਸੋ ਦੈਟ ਐਗਜੈਕਟ ਕੁਛ ਨੇੜੇ ਤੇੜੇ ਜੇ ਫਿਗਰ ਆ ਸਕੇ ਕਿ ਇੰਨੇ ਜਿਹੜੇ ਆਵਾਰਾ ਪਸ਼ੂ ਨੇ ਘੁੰਮ ਰਹੇ ਨੇ। ਤਾਂ ਲੋਕਾਂ ਨੂੰ ਚਾਹੀਦਾ ਵੀ ਹੁਣ ਇਹਦੇ ਵਿੱਚ ਜੇ ਆਪ ਤਾਂ ਸਰਵੇ ਕਰਨਾ ਹੀ ਕਰਨਾ ਆ, ਪਰ ਸਿੰਸ ਇਹ ਕੰਮ ਕਾਫੀ ਲੰਬਾ ਚੌੜਾ ਹੈ ਤਾਂ ਇਹਦੇ ਵਿੱਚ ਲੋਕਾਂ ਨੂੰ ਵੀ ਹੁਣ ਸਹਿਯੋਗ ਕਰਨਾ ਚਾਹੀਦਾ, ਦੱਸਣਾ ਚਾਹੀਦਾ ਵੀ ਸਾਡੇ ਏਰੀਏ ਦੇ ਵਿੱਚ ਇੰਨੇ ਆਵਾਰਾ ਪਸ਼ੂ ਘੁੰਮ ਰਹੇ ਨੇ, ਅਤੇ ਸੋ ਦੈਟ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਹੱਲ ਕੀਤਾ ਜਾ ਸਕੇ, ਉੱਥੋਂ ਉਹਨਾਂ ਨੂੰ ਕਿਸੇ ਗਊਸ਼ਾਲਾ ਦੇ ਵਿੱਚ ਜਾਂ ਕੈਟਲ ਪਾਊਂਡ ਦੇ ਵਿੱਚ ਸ਼ਿਫਟ ਕੀਤਾ ਜਾ ਸਕੇ। ਬਿਲਕੁਲ, ਜਿਹੜਾ ਰੋਹਿਤ ਸੱਬਰਵਾਲ ਜੀ ਨੇ ਦੱਸਿਆ ਜਿੰਨੇ ਵੀ 6 ਹਫ਼ਤੇ ਦੇ ਵਿੱਚ ਜਿਹੜਾ ਹੈਗਾ ਜਵਾਬ ਮੰਗਿਆ ਗਿਆ ਹੈਗਾ ਹਾਈਕੋਰਟ ਵੱਲੋਂ ਵੀ ਕਿੰਨੇ ਇਹ ਜਿਹੜੇ ਆਵਾਰਾ ਪਸ਼ੂਆਂ ਦੀ ਗਿਣਤੀ ਹੈਗੀ ਪੰਜਾਬ ਭਰ ਦੇ ਵਿੱਚ, ਕਿੰਨੀਆਂ ਜਿਹੜਾ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਸੈਟਲ ਕੀਤਾ ਗਿਆ, ਸੋ ਇਹੀ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਅਪੀਲ ਹੈਗੀ ਆ ਜਿਹੜਾ ਆਪਣੇ ਇਲਾਕੇ ਦੇ ਵਿੱਚ ਕਿਤੇ ਉਹਨਾਂ ਦੇ ਆਵਾਰਾ ਪਸ਼ੂ ਘੁੰਮਦੇ ਨੇ ਸੰਬੰਧਿਤ ਵਿਭਾਗਾਂ ਨੂੰ ਦੱਸਿਆ ਜਾਵੇ ਤਾਂ ਜੋ ਇਹਨਾਂ ਦੀ ਗਿਣਤੀ ਪਤਾ ਲੱਗ ਸਕੇ ਅਤੇ ਇਹਨਾਂ ਦਾ ਰੱਖ ਰਖਾਵ ਸਹੀ ਢੰਗ ਨਾਲ ਹੋ ਸਕੇ। ਜਿਵੇਂ ਵੀ ਕਾਓਸੈਸ ਕਰੋੜਾਂ ਰੁਪਏ ਦੇ ਵਿੱਚ ਕਾਓਸੈਸ ਜਿਹੜਾ ਹੈਗਾ ਨਗਰ ਨਿਗਮ ਨੂੰ ਨਗਰ ਪੰਚਾਇਤਾਂ ਨੂੰ ਇਕੱਠਾ ਹੁੰਦਾ ਤਾਂ ਇਹਨਾਂ ਦੀ ਦੇਖਭਾਲ ਹੋ ਸਕੇ ਅਤੇ ਜਿਹੜੇ ਇਹ ਜਿਹੜੇ ਐਕਸੀਡੈਂਟ ਨੇ ਇਹਨਾਂ ਕਰਕੇ ਵੱਡੇ ਐਕਸੀਡੈਂਟ ਹੁੰਦੇ ਨੇ ਉਹਨਾਂ ਤੋਂ ਬਚਾਅ ਹੋ ਸਕੇ ਅਤੇ ਕਿਸੇ ਵੀ ਬੰਦੇ ਦੀ ਕੀਮਤੀ ਜਾਨ ਨਾ ਜਾ ਸਕੇ। ਸੋ ਅਸੀਂ ਹੋਰ ਵੀ ਗੱਲ ਕਰਾਂਗੇ ਇਹ ਸ਼ਹਿਰ ਵਾਸੀਆਂ ਨਾਲ ਕਿਸ ਤਰ੍ਹਾਂ ਲੋਕ ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਨੇ। ਇਸ ਬਾਬਤ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਉਹ ਵੀ ਸੁਣੋ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਜਿਹੜਾ ਕਿ ਨੋਟਿਸ ਲੈਂਦੇ ਹੋਏ ਹੁਕਮ ਜਾਰੀ ਕੀਤੇ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਉਹ ਕਿਹਾ ਗਿਆ ਹੈਗਾ ਵੀ 6 ਹਫ਼ਤੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੜਕਾਂ 'ਤੇ ਇਹ ਘੁੰਮ ਰਿਹਾ ਅਵਾਰਾ ਪਸ਼ੂਆਂ ਦੀ ਜਿਹੜੀ ਗਿਣਤੀ ਆ ਅਤੇ ਕਿੰਨੇ ਜਿਹੜੇ ਪਸ਼ੂ ਨੇ ਜਿਹੜੇ ਅਵਾਰਾ ਨੇ ਜਿਨ੍ਹਾਂ ਨੂੰ ਗਊਸ਼ਾਲਾ ਦੇ ਵਿੱਚ ਸੈਟਲ ਕੀਤਾ ਗਿਆ ਉਹਦੀ ਗਿਣਤੀ ਬਾਰੇ ਦੱਸਿਆ। ਸਾਡੇ ਨਾਲ ਕੁਝ ਸ਼ਹਿਰ ਦੇ ਲੋਕ ਨੇ ਅਸੀਂ ਗੱਲ ਕਰਾਂਗੇ ਕਿੰਨਾ ਕੁ ਜਿਹੜਾ ਅਵਾਰਾ ਪਸ਼ੂਆਂ ਦਾ ਨੁਕਸਾਨ ਹੋ ਰਿਹਾ, ਕੀ ਇਹਦੇ ਲਈ ਕੀ ਕਦਮ ਚੁੱਕਣੇ ਚਾਹੀਦੇ, ਕੀ ਜਿਹੜਾ ਕੋਰਟ ਨੇ ਕਦਮ ਚੁੱਕਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ, ਕੀ ਕਹਿਣਾ? ਮੇਰਾ ਨਾਮ ਸ਼ਸ਼ੀਲ ਕਪੂਰ ਲੱਕੀ ਆ ਜੀ। ਜਿਹੜਾ ਪੰਜਾਬ ਹਰਿਆਣਾ ਕੋਰਟ ਨੇ ਜਿਹੜਾ ਡਿਸੀਜਨ ਲਿੱਤਾ ਬਹੁਤ ਵਧੀਆ ਡਿਸੀਜਨ ਆ। ਅਸੀਂ ਸ਼ਹਿਰ ਵਾਸੀਆਂ ਵੱਲੋਂ ਹਾਈ ਕੋਰਟ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਦਮ ਚੱਕਿਆ, ਕਿਉਂ ਆਏ ਦਿਨ ਜਿਹੜੇ ਆ ਪਸ਼ੂ ਆ ਇਹਨਾਂ ਕਰਕੇ ਕਈ ਐਕਸੀਡੈਂਟ ਕਈ ਹਾਦਸੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਕਰਕੇ ਬਹੁਤ ਬੁਰਾ ਹਾਲ ਆ, ਕਈ ਮੌਤਾਂ ਹੋ ਰਹੀਆਂ। ਪ੍ਰਸ਼ਾਸਨ ਨੂੰ ਇਹ ਜਿਹੜਾ ਹਾਈ ਕੋਰਟ ਦਾ ਡਿਸੀਜਨ ਹੈ, ਇਹ ਪ੍ਰਸ਼ਾਸਨ ਨੂੰ ਵੀ ਇਹ ਡਿਸੀਜਨ ਲੈਣਾ ਚਾਹੀਦਾ ਸੀ ਜਿਹੜਾ ਹਾਈ ਕੋਰਟ ਨੇ ਲਿੱਤਾ। ਇਹ ਹਰ ਬੰਦਾ ਆਪਣੀ ਲੀਡਰੀ ਕਰਦਾ, ਲੀਡਰੀ ਚਮਕਦਾ। ਕਾਓਸ ਐਸ ਵੀ ਲੈਂਦੇ ਨੇ ਫਿਰ ਵੀ ਸਾਂਭ ਸੰਭਾਲ ਨਹੀਂ, ਇਹਦੇ 'ਤੇ ਵੀ ਕੁਛ ਕਹਿਣਾ ਚਾਹੁੰਦੇ? ਕਿਹੜਾ ਜੇ ਕਾਓਸ ਐਸ ਲੈਂਦੇ ਨੇ, ਟੈਕਸ ਵੀ ਲੈਂਦੇ ਨੇ ਗਊਆਂ ਤੋਂ, ਉਹਦੇ ਬਾਰੇ ਵੀ? ਇਹ ਗਊ ਟੈਕਸ ਵੀ ਲੈਂਦੇ, ਇਹ ਤਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਟੈਕਸ ਲੈਂਦੇ ਟੈਕਸ ਪਹਿਲੇ ਦਾ ਟੈਕਸ ਗਊਆਂ ਦਾ ਲੈਣਾ ਨਹੀਂ ਚਾਹੀਦਾ, ਕਿਉਂ ਇਹ ਤਾਂ ਜਿਹੜੀ ਗਊ ਮਾਤਾ ਆਪਣਾ ਹਰ ਧਰਮ ਆਪਣੀ ਹਰ ਜਿਹੜੀ ਮਿਨੋਰਟੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਬਿਲਕੁਲ ਸਾਂਭ ਸੰਭਾਲੀ ਕਰਨੀ ਚਾਹੀਦੀ ਹੈ। ਇਹਨਾਂ ਲਈ ਇੱਕ ਅਲੱਗ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਇਹਨਾਂ ਨੂੰ ਰੱਖਣ, ਇਹਨਾਂ ਦੀ ਸਾਂਭ ਸੰਭਾਲ ਕਰਨ, ਇਹਨਾਂ ਦੀ ਸੁਰੱਖਿਆ ਵਧਾਉਣ। ਜਿਹੜੀ ਅਵਾਰਾ ਤੁਰੇ ਫਿਰਦੇ ਆ, ਕੋਈ ਹੈਂਡੀਕੈਪ ਹੈ, ਕੋਈ ਜ਼ਖਮ ਹੈ, ਕੋਈ ਕੁਛ, ਇਹਨਾਂ ਦੇ ਇੱਕ ਡਾਕਟਰ ਵੀ ਅਲੱਗ ਹੋਣਾ ਚਾਹੀਦਾ। ਸੜਕਾਂ 'ਤੇ ਨਹੀਂ ਫਿਰਨੀਆਂ ਚਾਹੀਦੀਆਂ, ਬਿਲਕੁਲ ਸੜਕਾਂ ਫਿਰਨੀਆਂ ਚਾਹੀਦੀਆਂ। ਇਹਨਾਂ ਦੀ ਅਲੱਗ ਜਗ੍ਹਾ ਹੋ ਗਏ, ਇਹਨਾਂ ਦੀ ਹਜ਼ਾਰਾਂ ਤਾਦਾਦ ਨਾਲ ਜਿਹੜੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਪਸ਼ੂ ਰੱਖਣੇ ਚਾਹੀਦੇ ਆ। ਬਿਲਕੁਲ ਇਹੀ ਸੀ ਇਹਨਾਂ ਦਾ ਹੀ ਕਹਿਣਾ ਹੈਗਾ, ਜਿਹੜਾ ਅਲੱਗ ਸਾਫ਼ ਸੰਭਾਲ ਲਈ ਇਹਨਾਂ ਦੀ ਜਗ੍ਹਾ ਹੋਣੀ ਚਾਹੀਦੀ, ਸੜਕਾਂ 'ਤੇ ਜਿਹੜਾ ਅਵਾਰਾ ਪਸ਼ੂ ਨਹੀਂ ਘੁੰਮਣੇ ਚਾਹੀਦੇ, ਜਿਹਦੇ ਨਾਲ ਆਏ ਦਿਨ ਜਿਹੜਾ ਹੈਗਾ ਇਹਨਾਂ ਇਹਦੇ ਨਾਲ ਐਕਸੀਡੈਂਟ ਹੋਣ ਨਾਲ ਕਈ ਜਿਹੜੀ ਕੀਮਤੀ ਜਾਨਾਂ ਵੀ ਗਵਾਉਣੀਆਂ ਪੈਂਦੇ ਨੇ, ਸੜਕਾਂ 'ਤੇ ਵੀ ਜਿਹੜੇ ਅਵਾਰਾ ਪਸ਼ੂ ਨੇ ਜ਼ਖਮੀ ਘੁੰਮਦੇ ਨੇ, ਉਹਨਾਂ ਦੀ ਵੀ ਹਾਲਤ ਬੜੀ ਖਰਾਬ ਹੁੰਦੀ ਆ। ਜ਼ਿਕਰਯੋਗ ਹੈ ਕਿ ਅਵਾਰਾ ਘੁੰਮਦੇ ਪਸ਼ੂਆਂ ਕਰਕੇ ਜਿੱਥੇ ਹਾਦਸੇ ਹੁੰਦੇ ਹਨ ਅਤੇ ਕਈ ਜਾਨਾਂ ਜਾਂਦੀਆਂ ਹਨ, ਉੱਥੇ ਹੀ ਪਸ਼ੂਆਂ ਦੀਆਂ ਵੀ ਬੇਰਹਿਮੀ ਨਾਲ ਮੌਤਾਂ ਹੋ ਜਾਂਦੀਆਂ ਹਨ। ਇਸੇ ਨੂੰ ਲੈ ਕੇ ਹਾਈ ਕੋਰਟ ਵਿੱਚ ਪਹੁੰਚੇ ਇਸ ਮਾਮਲੇ ਤੋਂ ਬਾਅਦ ਹੁਣ ਇਸ ਗੱਲ ਦੀ ਆਸ ਜ਼ਰੂਰ ਬੱਝੀ ਹੈ ਕਿ ਸ਼ਾਇਦ ਅਵਾਰਾ ਪਸ਼ੂ ਨੂੰ ਸੜਕ 'ਤੇ ਘੁੰਮਦਿਆਂ ਹੁਣ ਨਾ ਦੇਖਿਆ ਜਾਵੇ। ਪਰ ਇਹ ਗੱਲ ਹਕੀਕਤ ਕਦੋਂ ਬਣੇਗੀ, ਇਸ ਦਾ ਇੰਤਜ਼ਾਰ ਸ਼ਾਇਦ ਸਾਰੇ ਹੀ ਕਰ ਰਹੇ ਨੇ। ਲੁਧਿਆਣਾ ਤੋਂ ਤਰਸੇਮ ਭਾਰਦਵਾਜ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। धरती से जुड़ा खेल कबड्डी, दाव पेच, उठक पटक, चाल पे चाल, जैसे एनर्जी का डबल धमाल। मुझे प्यार है इस गेम से, खुशी है इस बात की कि ये गेम बदलेगा। 13 में से देखिए इंडो इंटरनेशनल प्रीमियर कबड्डी लीग, जहां होगी हुनर की टक्कर जज्बे से। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।